कम कर गया। वाह जी वाह, देखा ये सब मान लो नीत नु मुराद हुंदी। बिल्कुल बिल्कुल, दिखाओ देखो भी दर्शक वीरो, बहुत ही बिल्कुल ताजा यार फ्रूट है ना, सारे दे उत्ते फ्रूटिंग आई हुई है। देखो खा गए देखो जी। हां 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 हां, बिल्कुल 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 जी, इस तरह का इधर विचला ये ना देख ली फिर खा के। हां ये लोग कई डर जांदे इस तो भी सुनी ना आवे। हां लो भी दर्शको, स्वागत है ਤੁਹਾਡਾ ਅੱਜ ਸਾਡੇ ਇਸ ਨਵੇਂ ਐਪੀਸੋਡ ਦੇ ਵਿੱਚ। ਔਰ ਐਪੀਸੋਡ ਦੇ ਵਿੱਚ ਅਸੀਂ ਜੋ ਤੁਹਾਡੇ ਘਰ ਜਾਣਕਾਰੀ ਲੈ ਕੇ ਆਏ ਹਾਂ, ਇੱਕ ਬਹੁਤ ਹੀ ਵੱਡੀ ਜਾਣਕਾਰੀ ਹੈ। ਤੁਸੀਂ ਲੋਕੇਸ਼ਨ ਮੇਰੀ ਮਗਰ ਦੇਖ ਹੀ ਲਈ ਹੋਣੀ ਹੈ ਕਿ ਲੋਕੇਸ਼ਨ ਦੇ ਵਿੱਚ ਜੋ ਤੁਹਾਨੂੰ ਦਿਖ ਰਿਹਾ ਤੇ ਅਸੀਂ ਅੱਜ ਪਹੁੰਚੇ ਹਾਂ ਜੀ ਬਹੁਤ ਹੀ ਸਰਸੇ ਦੀ ਬਹੁਤ ਵੱਡੀ ਨਰਸਰੀ, ਜਿਹਨੂੰ ਕਹਿ ਸਕਦੇ ਹਾਂ ਕਿ ਸਤਿਗੁਰੂ ਪ੍ਰਤਾਪ ਸਿੰਘ ਮੈਮੋਰੀਅਲ ਹਾਈਟੈਕ ਨਰਸਰੀ ਦੇ ਨਾਮ ਤੋਂ ਹੈ। ਬਹੁਤ ਵੱਡੀ ਨਰਸਰੀ ਹੈ ਔਰ ਜਿਹੜੇ ਇਸ ਦੇ ਮਾਲਕ ਨੇ ਸਰਦਾਰ ਅਵਤਾਰ ਸਿੰਘ ਜੀ, ਉਹਨਾਂ ਦੇ ਵੀ ਬਹੁਤ ਸੁਭਾਅ ਤੇ ਉਹ ਵੀ ਬਹੁਤ ਵੱਡੇ ਰੁਤਬੇ ਦੇ ਬੰਦੇ ਨੇ ਤੇ ਬਹੁਤ ਹੀ ਨਾਈਸ ਪਰਸਨ ਨੇ, ਤੇ ਅੱਜ ਇਹਦੀ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਪਰ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਜਿਨ੍ਹਾਂ ਨੇ ਬਾਗਬਾਨੀ ਦਾ ਕੰਮ ਕਰਨਾ ਹੈ ਜਾਂ ਜਿਨ੍ਹਾਂ ਨੇ ਬਾਗਬਾਨੀ ਦੇ ਬਾਰੇ ਜਾਣਕਾਰੀ ਲੈਣੀ ਹੈ, ਤਾਂ ਉਹਨਾਂ ਖਾਤਰ ਇਹ ਵੀਡੀਓ ਵਿਸ਼ੇਸ਼ ਤੌਰ ਤੇ ਬਹੁਤ ਹੀ ਜ਼ਿਆਦਾ ਮਹੱਤਵ ਰੱਖਦੀ ਹੈ। ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਇਸ ਨਰਸਰੀ ਦੇ ਵਿੱਚ ਜੋ ਸਾਡਾ ਇੱਕ ਇੱਥੋਂ ਦਾ ਇਸ ਬਾਗ ਨਰਸਰੀ ਦਾ ਡਿਸਪਲੇ ਹੈ। ਡਿਸਪਲੇ ਦੇ ਵਿੱਚ ਹਰ ਤਰ੍ਹਾਂ ਦੇ ਪੌਦਿਆਂ ਦੇ ਨਾਮ ਤੇ ਹਰ ਤਰ੍ਹਾਂ ਦੇ ਪੌਦੇ ਜਿਹੜੇ ਤੁਹਾਨੂੰ ਕਿਹਾ ਕਿ ਪੁੱਛਣ ਦੀ ਜ਼ਰੂਰਤ ਨਹੀਂ ਹੈ, ਡਿਸਪਲੇ ਪੜੋ ਤੇ ਡਿਸਪਲੇ ਤੋਂ ਹੀ ਤੁਸੀਂ ਪੌਦੇ ਚੋਣ ਕਰ ਸਕਦੇ ਹੋ ਤੇ ਲੈ ਸਕਦੇ ਹੋ ਬਹੁਤ ਹੀ ਹੋਲਸੇਲ ਦੇ ਰੇਟਾਂ ਤੇ। ਯਾਨੀ ਕਿ ਹਰਿਆਣੇ ਦੇ ਵਿੱਚ ਅਗਰ ਕੋਈ ਨਰਸਰੀ ਹੈ ਤਾਂ ਹੋਲਸੇਲ ਦੇ ਰੇਟ ਦੇ ਉੱਤੇ ਪੌਦੇ ਦੇਣ ਵਾਲੀ ਨਰਸਰੀ ਹੈ ਤਾਂ ਉਹ ਹੈ ਜੀ ਸਤਿਗੁਰੂ ਪ੍ਰਤਾਪ ਸਿੰਘ ਮੈਮੋਰੀਅਲ ਹਾਈਟੈਕ ਨਰਸਰੀ। ਨੈਕਸਟ ਪਾਰਟ ਹੈ ਆਪਣਾ ਜਿਹੜੇ ਫਰੂਟ ਦੇ ਪੌਦੇ ਨੇ, ਬਹੁਤ ਹੀ ਜ਼ਬਰਦਸਤ ਵੈਰਾਈਟੀ ਹੈ ਫਰੂਟ ਦੇ ਪੌਦਿਆਂ ਦੀ, ਕਿਉਂਕਿ ਫਰੂਟ ਅਗਰ ਤੁਸੀਂ ਪੌਦੇ ਦੀ ਹਾਈਟ ਦੇਖੋ ਤਾਂ ਹਾਈਟ ਦੇ ਹਿਸਾਬ ਨਾਲ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਕਿ ਇੰਨਾ ਵੱਡਾ ਫਰੂਟ, ਮਤਲਬ ਇੰਨੇ ਕੁ ਛੋਟੇ ਪੌਦੇ 'ਤੇ ਇੰਨਾ ਫਰੂਟ ਆ ਸਕਦਾ। ਅਤੇ ਮੈਂ ਅਵਤਾਰ ਸਿੰਘ ਜੀ ਦਿਖਾਓ ਇੱਕ ਵਾਰੀ ਆ ਜਾਮੁਨ ਦੀ ਵਰਾਇਟੀ ਦੱਸ ਦਿਓ ਸਾਨੂੰ ਜੀ, ਕਿਹੜੀ ਹੈ ਇਹ ਜਾਮੁਨ ਦੀ? ਰਾਹ ਵਰਾਇਟੀ ਹੈ, ਬਲੈਕ ਜਾਮੁਨ ਲੱਗਦਾ ਇਹਨੂੰ, ਕਾਫੀ ਅੱਛੇ ਸਾਈਜ਼ ਦਾ ਜਾਮੁਨ ਹੋ ਜਾਂਦਾ, ਜੋ ਗੁਟਲੀ ਹੈ ਬਿਲਕੁਲ ਛੋਟੇ ਜਿਹੇ ਸਾਈਜ਼ ਦੀ ਹੁੰਦੀ ਹੈ ਅਤੇ ਮਿਠਾਸ 'ਚ ਬਹੁਤ ਮਿੱਠਾ ਇਹ ਵਾਲਾ ਜਾਮੁਨ ਹੈ ਜੀ। ਠੀਕ ਹੈ, ਇਹਨੂੰ ਛੋਟੇ ਨੂੰ ਮਤਲਬ ਸਾਲ ਡੇਢ ਸਾਲ ਬਾਅਦ ਫਰੂਟਿੰਗ ਸਟਾਰਟ ਹੋ ਜਾਂਦੀ ਹੈ। ਹੁਣ ਵੀ ਤੁਸੀਂ ਦੇਖੋਗੇ ਕਿ ਕਟਕੋੜਾ 10-15 ਪੀਸ ਲੱਗੇ ਹੋਏ ਫਰੂਟ ਦੇ। ਹਾਂ ਬਿਲਕੁਲ ਹੈ ਜੀ, ਪੌਦਾ ਦੇਖ ਲਓ ਕਿੰਨਾ ਸਟਾਰਟਿੰਗ ਹੈ, ਫਰੂਟ ਜ਼ਬਰਦਸਤ ਲੱਗਿਆ ਹੋਇਆ ਹੈ ਜੀ। ਹਾਂਜੀ ਜ਼ਰੂਰ, ਇਹ 'ਚ ਆਪਣੇ ਕੋਲ ਵਾਈਟ ਵੀ ਮਿਲ ਜਾਂਦਾ, ਵਾਈਟ ਜਾਮੁਨ ਵੀ ਹੈ। ਹਾਂ ਹਾਂਜੀ ਠੀਕ ਹੈ ਜੀ। ਇਹ ਆਪਣੇ ਨਿੰਬੂ ਦੀ ਵੈਰਾਇਟੀ ਹੈ, ਕਾਲਾ ਪੱਤੀ ਨਿੰਬੂ ਇਹਨੂੰ ਕਹਿੰਦੇ ਆ ਤੇ ਇਸ ਨੂੰ ਮਤਲਬ ਮਾਰਕੀਟ 'ਚੋਂ ਜੋ ਨਿੰਬੂ ਆ ਰਿਹਾ ਉਹ ਸਟੈਂਡਰਡ ਸਾਈਜ਼ ਦਾ ਨਿੰਬੂ ਬਿਲਕੁਲ ਆਉਂਦਾ, ਉਹ ਸਾਈਜ਼ ਇਹੀ ਸਾਈਜ਼ ਆਪਣੇ ਮਾਰਕੀਟ 'ਚ ਆਉਂਦਾ। ਇਸ ਨੂੰ ਗਰਮੀ 'ਚ ਆਪਣੇ ਇਹਨੂੰ ਜ਼ਿਆਦਾ ਫਰੂਟ ਆਉਂਦਾ, ਗਰਮੀ 'ਚ ਬਹੁਤ ਫਰੂਟ ਚੱਕਦਾ ਹੈ ਬਹੁਤ ਜ਼ਿਆਦਾ। ਹਾਂਜੀ, ਅਤੇ ਹੁਣ ਵੀ ਦੇਖੋ ਵੀ ਹਾਲੇ ਲਗਭਗ ਸਾਲ ਤੋਂ ਕਮ ਰੇ ਹੈਗਾ ਇਹ ਇਹਦਾ ਪਲਾਂਟ ਹੈ, ਹੁਣ ਇਹਨੇ ਫਰੂਟਿੰਗ ਚੱਕੀ ਹੋਈ ਹੈ। ਕਿੰਨੇ ਸਮੇਂ ਬਾਅਦ ਫਰੂਟਿੰਗ ਦੇਣ ਸਟਾਰਟ ਕਰ? ਇਹ ਸਾਲ ਬਾਅਦ ਫਰੂਟਿੰਗ ਸਟਾਰਟ ਹੈ ਇਹਦੀ, ਸਟਾਰਟ ਹੈ ਜੀ। ਹਾਂਜੀ ਅੱਛਾ ਹਾਂਜੀ, ਛੋਟੇ ਹੀ ਬੈਗ ਜਿੰਦਰ ਵਾਲੀ ਵੀ ਮਤਲਬ ਛੋਟਾ ਜਿਹਾ ਪਲਾਂਟ ਹੈ ਤੇ ਹੁਣ ਵੀ ਇੱਕ ਦੋ ਫਰੂਟ ਇਹਨਾਂ ਨੂੰ ਸਭ ਆਏ ਹੋਏ ਆ ਵਿੱਚੋਂ, ਸਾਰੇ ਜਿੰਨੇ ਵੀ ਪੌਦੇ ਪਏ ਸਾਰਿਆਂ ਦੇ ਉੱਤੇ ਫਰੂਟਿੰਗ ਆਈ ਹੋਈ ਹੈ, ਫਰੂਟਿੰਗ ਆਈ ਹੋਈ ਹੈ, ਇੱਕ ਦੋ ਦੋ ਜਾਨੀ ਕਿ ਮਤਲਬ ਪੌਦਾ ਬਹੁਤ ਛੋਟਾ ਹੈ। ਹਾਂ ਕਮਰਸ਼ੀਅਲ ਕਿਸਾਨਾਂ ਵਾਸਤੇ ਬਹੁਤ ਵਧੀਆ ਵੈਰਾਈਟੀ ਹੈ ਜੀ। ਬਿਲਕੁਲ ਬਿਲਕੁਲ, ਹਾਂ ਤੇ ਕਿਸਾਨ ਇਹਨੂੰ ਵੱਧ ਤੋਂ ਵੱਧ ਆਪਣੇ ਬਾਗਬਾਨੀ 'ਚ ਇਹਨੂੰ ਲਾ ਸਕਦੇ ਆ, ਬਾਗਬਾਨੀ ਦੇ ਵਿੱਚ ਜਾਨੀ ਕਿ ਜਿਹੜੀ ਵੈਰਾਈਟੀ ਹੈ ਯੂਜ਼ ਕਰਨ ਦੇ, ਯੂਜ਼ ਕਰਨ ਵਾਲੀ ਵੈਰਾਈਟੀ ਹੈ ਵਧੀਆ। ਕਿਸਾਨ ਦੀ ਆਪਣ ਕੋ ਬੁਕਿੰਗ ਚੱਲਦੀ ਰਹਿੰਦੀ ਨਾ ਪਲਾਂਟਾਂ ਦੀ? ਹਾਂਜੀ ਹਾਂਜੀ ਹਾਂ, ਇਹਨਾਂ ਦੀ ਬੁਕਿੰਗ ਹੋਈ ਰਹੀ ਹੈ। ਅਗਰ ਤੁਸੀਂ ਬਾਗ ਦੇ ਖਾਤਰ ਕਿਸੇ ਵੀ ਪਲਾਂਟ ਦੀ ਬੁਕਿੰਗ ਕਰਵਾਉਣੀ ਹੈ ਤਾਂ ਉਹ ਵੀ ਤੁਸੀਂ ਅਵਤਾਰ ਸਿੰਘ ਜੀ ਨੂੰ ਸੰਪਰਕ ਕਰ ਸਕਦੇ ਹੋ। ਇਹਦੇ 'ਚ ਆਪਣੇ ਕੋਲ 3 ਵੈਰਾਈਟੀਆਂ ਵਾਲੇ ਹੋਏ ਹੈਗੀਆਂ ਜੀ, ਇਹਨੂੰ ਐਪਲ ਬੇਰੀ ਕਹਿੰਦੇ ਆ, ਇਹਨੂੰ 6 ਮੰਥ ਜੇ ਤੇ ਸਾਲ 'ਚ ਫਰੂਟਿੰਗ ਚੱਕ ਲੈਂਦੀ, ਸਾਲ 'ਚ ਬਹੁਤ ਵਧੀਆ ਫਰੂਟਿੰਗ ਇਹਨੂੰ ਆ ਜਾਂਦੀ ਆ। ਇਹ 'ਚ ਆਪਣੇ ਕਸ਼ਮੀਰੀ ਐਪਲ ਹੋ ਗਿਆ, ਸੰਦੂਰੀ ਐਪਲ ਹੋ ਗਿਆ, ਗ੍ਰੀਨ ਐਪਲ, 3 ਵੈਰਾਈਟੀ ਆਪਣੇ ਕੋਲ ਅਵੇਲੇਬਲ ਹੋ ਗਈ, ਉਹ ਬਹੁਤ ਹੀ ਵਧੀਆ ਟੋਪ ਦੀ ਵੈਰਾਈਟੀਆਂ ਹੈ, ਇਹਨੂੰ ਆਪਣਾ ਕਿਸਾਨ ਆਪਣੇ ਭਰਾ ਵੀ ਨੂੰ ਲਾ ਸਕਦੇ ਵੈਰਾਈਟੀਆਂ ਨੇ। ਬਿਲਕੁਲ ਜੀ, ਇੱਕ ਨਾ ਅਵਤਾਰ ਜੀ ਇੱਕ ਬੜਾ ਸ਼ਾਇਦ ਸ਼ਿਕਾਇਤ ਵੀ ਆ ਰਹੀ ਪਿੱਛੇ ਕਿ ਇਹਦੇ ਵਿੱਚ ਕੋਈ ਕੀੜੇ ਵਗੈਰਾ ਪੈਣ ਦਾ ਕੋਈ ਹੁੰਦਾ ਨਹੀਂ ਹੁੰਦਾ, ਇੱਕ ਜਿਹੜੀ ਅੰਦਰ ਗਿਟਕ ਹੁੰਦੀ ਆ ਉਹਦੇ ਵਿੱਚ ਕਹਿੰਦੇ ਕੀੜੇ ਵਗੈਰਾ ਜ਼ਿਆਦਾ ਪੈਣ ਦੀ ਸੰਭਾਵਨਾ? ਉਹ ਜਦੋਂ ਇਹਦਾ ਆਪਣੇ ਫਲ ਆਉਣ ਤੋਂ ਪਹਿਲਾਂ ਜੇ ਫਰੂਟਿੰਗ ਹੁੰਦੀ ਨਾ ਉਸ ਟਾਈਮ ਸਪਰੇ ਕਰਨੀ ਹੁੰਦੀ ਹੈ ਇਹਦੀ। ਅੱਛਾ, ਹਾਂ ਉਸ ਟਾਈਮ ਸਪਰੇ ਅਗਰ ਹੋ ਜਾਏ ਤੇ ਫਿਰ ਉਹਦੀ ਪ੍ਰੋਬਲਮ ਨਹੀਂ ਹੁੰਦੀ? ਨਹੀਂ ਹੁੰਦੀ, ਹਾਂ ਉਹ ਸਾਰੇ ਪਲਾਂਟ ਜੇ ਹੀ ਹੁੰਦੀ ਹੈ, ਬਹੁਤ ਸੁੰਦਰੀ ਆ, ਆਲਰੇਡੀ ਆ ਮਸ਼ੀਨਰੀ ਇਹ ਚ ਘੱਟ ਚਾਂਸ ਹੈਗੇ ਇਹਦੇ, ਉਹਦੇ ਇਹ ਚ ਐਪਲ ਜੇ ਥੋੜਾ ਜਿਹਾ ਹੀ, ਐਪਲ ਜੇ ਥੋੜਾ ਜਿਹਾ ਦਿੱਕਤ ਹੈ ਵਾਲੋ ਵੀ ਇਹ ਚ ਜੜ ਚ ਉਹਨੂੰ ਕਿਹੜੇ ਦੀ ਹੈਗੀ ਆ? ਜੀ ਜੀ ਜੀ, ਇਹਦੇ ਫਲ ਚ ਉਹ ਦੂਜੀ ਜੇ ਦੋਨੇ ਵੈਰਾਈਟੀ ਕੋ ਨਹੀਂ ਆ ਰਹੀ ਇਹਨਾਂ ਦੀ। ਠੀਕ ਹੈ ਜੀ, ਹਾਂ ਉਹ ਚ ਹਾਂ ਇਹ ਇਹ ਅਵਤਾਰ ਜੀ ਬੜੇ ਵਧੀਆ ਅਮਰੂਦ ਲੱਗੇ ਹੋਏ ਤੇ ਬੜਾ ਫਲ ਬਹੁਤ ਜ਼ਿਆਦਾ ਹੈ, ਕਿਹੜੀ ਵੈਰਾਈਟੀ ਹੈ ਇਹ? ਹਿਸਾਰ ਸਪਿਤਾ ਵੈਰਾਈਟੀ ਹੈ, ਆਪਣੇ ਹਿਸਾਰ ਯੂਨੀਵਰਸਿਟੀ ਦੀ ਵੈਰਾਈਟੀ ਹੈਗੀ ਹੈ, ਆਪਣੇ ਇਹਦੇ 'ਚ ਸਭ ਤੋਂ ਵਧੀਆ ਫਰੂਟਿੰਗ ਦੇ ਮਾਮਲੇ 'ਚ ਔਰ ਗਲੋ ਬਹੁਤ ਸ਼ਾਈਨ ਇਹਦੀ, ਬਹੁਤ ਪਲਾਂ ਦੀ ਔਰ ਵੇਟ ਵੀ ਅੱਛਾ ਹੈ, 100-150 ਗ੍ਰਾਮ ਤੱਕ ਮਤਲਬ 200 ਤੱਕ ਵੇਟ ਚਲਾ ਜਾਂਦਾ ਇਹਦਾ, ਤੇ ਮਤਲਬ ਸਭ ਤੋਂ ਟੋਪ ਦੀ ਵੈਰਾਈਟੀ ਹੈ ਇਹ। ਮਿਠਾਸ ਸਭ ਨੂੰ ਮਤਲਬ ਮਿੱਠਾ ਅਮਰੂਦ ਕਹੀ ਲਈ ਤੇ ਸਭ ਤੋਂ ਮਿੱਠਾ ਅਮਰੂਦ ਇਹੀ ਹੈ ਜੀ। ਹਾਂ ਇਹ ਤੋਂ ਵਧੀਆ ਅਮਰੂਦ ਹੈ ਨਹੀਂ। ਇੱਕ ਸ਼ਾਇਦ ਆਪਣੇ ਏਰੀਆ ਦੇ ਵਿੱਚ ਤੁਹਾਡੇ
जिन्ने भी बाग लगे सफेद अमरूद ही लगे ना सब तो ज्यादा इतने डिमांड ही अपने एरिया चे ये सारे है ना सब तो ज्यादा हां कितने के बाग दा तुसी मान लो ये भी इसी बागवानी करन बेस्ट सब तो बेस्ट है ते कितने किसानों ने बाग लाया फिर इदा लगो अपने एरिया चे लगो 500-700 एकड़ लग चुका है बाग दा अच्छा जी अपने हां इस बेल्ट चे एरिया चे लग रहा बाग लोग हुन भी बाग चली लग लग रहे दे ते काफी डिमांड है साथ पे दी बुकिंग इसी बुकिंग वैरायटी अच्छी है वैरायटी सब यानी कि अगर किसान भी कोई भी अपने आप दे प्लांट अपा प्रोडक्शन अपा आप ही तैयार कर दे आप ही कर आप दी वैरायटी अपनी आप अपा तैयार कर दे प्लांट सारे शुद्ध है यानी कि किसी तरह की कोई प्रॉब्लम नहीं है सारे और एक प्लांट है हां जी हां जी एक और मैं तुम्हें जानकारी दे दूं कि अगर तुम कोई भी प्लांट अगर तुम इतों बाग लगाने हो या कोई वैसे प्लांट कोई लेके जाना है तो तुम्हें बिल्कुल पक्का बिल दिता जाता है सब तो बड़ी गल पक्का बिल कट के देंगे और गरंटी किन्ने चिर की रही है जी प्लांट की गरंटी होगी अपनी गरंटी सारे प्लांट की जो भी हो हाँ मतलब फ्रूटिंग की अपनी गरंटी है प्लांट की सारी गरंटी लिखित रूप के बिल कट के देवेंगे और पक्का बिल मिलेगा तो ये अवतार ये की चीज़ है ये जिवें फ्रूट फ्लाई है जी इन ना एक मक्खी जिवें ये एक कैप्सूल लगता है एक जी फ्रूट फ्लाई ट्रिप कहते असल से हाँ जी हाँ देखो तुम मक्खियां हम देखो ये सारी जो भी मक्खी बच्चे आ जाए तो प्लांट को इफेक्ट नहीं करते जो फ्लावरिंग से आप गल कर रहे ना जो अपना फ्रूट ब्लैक हो दिक्कत आने लगती है सुंडी आ जाती है जो सुंडी वाली मक्खी जब पैदा करती जो चीज फंगस पैदा करती मक्खी ये आ जाती है तो वो मतलब बाहर नहीं निकलती आने तो बाद नेक्स्ट वैरायटी तुहानू दिखाने जा रहे हैं जी असीं अंजीर की बहुत ही वधिया वैरायटी है मान लो इस नर्सरी के अवतार जी बहुत मस्त बूटे है ना जी अंजीर के ये अपनी तुर्की ब्राउन वैरायटी हैगी है अंजीर की बहुत बेस्ट वैरायटी है इसनू मतलब 6 मंथ तो फ्रूटिंग स्टार्ट होएगी इन्हां नू अच्छा जी हाँ पत्ते नाल ज्यादा फ्रूटिंग आती है इन्हां नू आती है ते बहुत जल्दी प्लांट दा तैयार होएगा बस खाने भी बहुत टेस्टी है अच्छा अच्छा हाँ ते वैसे भी गुणकारी सब तो अंजीर वैसे भी तो मार्केट च कितनी महंगी मिलती है गुणकारी बहुत है बोण इत्थे मतलब मात्रा होंगी हाँ जी हाँ जी एक ना अवतार जी मैं दसो एक अंजीर की भी वरायटी होंगी जी उपर पकती है या कोई इस तरह का भी किसी वरायटी उपर ही पकेगी अच्छा उपर ही पक जाती है तो पूरी मिठी होंगी वरायटी है यानी कि कोई तैयार तूर करने की कोई जरूरत नहीं है वरायटी है तुर्की ब्राउन है उपर ही पक जाती है वरायटी है ठीक प्रोसैस तुम करके बना सकते मार्केट की प्रोसैस होती है वो करनी भी कर सकते बाकी कच्चे भी आप खा सकते हैं तोड़ के ठीक है हाँ जी तो दर्शक भीरो बहुत ही बढ़िया जानकारी अंजीर के बारे च क्योंकि एक बहुत ही बढ़िया औषधि मनी जाती है शरीर के खातर वो भी यानी कि प्लांट एक अद्धा होना बहुत जरूरी है तो ये वरायटी हैगी जी रैड माल्टे की है ना जी रैड माल्टा बिल्कुल अपने ये भी शायद हाँ जी हाँ जी हाँ जी दिखा दो भी दिखा दे कैमरामैन भाई अवतार सिंह जी दसनगे ये बारे भी जानकारी ए बाग भी लगाया जा सकता जी हाँ जी बाग बहुत लगा रैड माल्टे का प्लांट किन्नू तो टाइमिंग लेंदा जावे मतलब कोई 2.5-3 साल दी किन्नू दी टाइमिंग हुंदी है जी 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 ते ए ते लग साल ते एक फ्रूटिंग होण लगदी रेड माल्टे नू हां जिवें अजकल डॉक्टर भी एदा ही करदे भी इक रेड माल्टे नू खाण बारे काफी दस रहे डॉक्टर भी ते पौष्टिक तत्व काफी हुंदे दे विच ते एदा ही आ भी किसान भरा भी अपने ला सकदे और फ्रूटिंग बहुत जल्दी हुंदी नू रेड माल्टे नू ठीक है एदे प्लांट भी अवेलेबल अपने को हुंदे सब तरह दे हां जी बिल्कुल किसानां वास्ते ठीक है जन के अगर बाग वगैरह किसी ने लगाना है तुहाडे कोल बिल्कुल अवेलेबल हां जी जिन्नी मर्जी क्वांटिटी अपने चक्कर है फ्रूटिंग आ रही है हाँ बिल्कुल है जी बड़े छोटे छोटे पौधे दिखाए ने अवतार सिंह जी ने पर सारे लगभग फ्रूटिंग आई हुई है बहुत ही कह सकते हैं कि वैरायटी वाले पौधे अगर तुम्हें जरूरत है तो सिर्फ गुरु सतगुरु प्रताप सिंह हाईटेक नर्सरी जो कि सरसे के है ये तो मिल सकते हैं नैक्सट दिखाने जी तुम्हें एक बहुत ही जबरदस्त वरायटी जी सेब की वरायटी है ना जी खुशबू क्या अवतार जी ना गुलाब दी बहुत मस्त खुशबू आ रही है भाई गुलाब ठीक है क्या बात है लो भी दर्शक भीरो सब तो बेस्ट अनार दी वैरायटी अगर देखो तुसी खुद देख लो कि पौधा किड्डा का है ते बाकी क्वालिटी एदी केड़ी किस्म है वो तो अवतार सिंह जी दसणगे
ਇਹ ਸੁਪਰ ਬਗਵਾ ਵੈਰਾਈਟੀ ਅਨਾਰ ਦੀ ਹੈ ਤੇ ਆਪਣੇ ਏਰੀਆ ਹਿਸਾਬ ਨਾਲ ਬਹੁਤ ਬੈਸਟ ਵੈਰਾਈਟੀ ਹੈ ਇਹਦਾ ਅਨਾਰ ਵੀ ਜੋ ਅੰਦਰ ਤੇ ਆਪਣੇ ਬੀ ਸੀਡ ਨਿਕਲਦਾ ਉਹ ਬਿਲਕੁਲ ਰੈੱਡ ਕਲਰ ਦਾ ਹੋਏਗਾ ਜੋ ਮਾਰਕੀਟ 'ਚ ਆਪਣੇ ਆ ਰਿਹਾ ਇਹਦਾ ਅਨਾਰ ਦਾ ਫਰੂਟ ਰਹਿੰਦਾ ਬਿਲਕੁਲ ਬਹੁਤ ਬੈਸਟ ਕੁਆਲਿਟੀ ਦਾ ਅਨਾਰ ਇਹ ਬਣਦਾ ਆਪਣੇ ਇਸ ਏਰੀਆ 'ਚ ਪਲਾਂਟ ਹੈ ਫਰੂਟਿੰਗ ਬਹੁਤ ਜ਼ਬਰਦਸਤ ਆਈ ਹੈ ਗੁਰਮੁਖ ਜੀ ਹੈ ਬਹੁਤ ਫਰੂਟਿੰਗ ਬਹੁਤ ਮਸਤ ਹੈ ਮੰਨ ਲਓ ਇਹ ਜਿਹੜਾ ਸਾਈਜ਼ ਇਹਦੇ ਵਿੱਚ ਆ ਹਾਂ ਬਿਲਕੁਲ ਦਰਸ਼ਕ ਆ ਦੇਖੋ ਇਹ ਯਾਨੀ ਕਿ ਅਗਰ ਛੋਟਾ ਜਿਹਾ ਕੱਟ ਲੱਗਿਆ ਹੋਇਆ ਤੇ ਮੰਨ ਲਓ ਛੋਟਾ ਜਿਹਾ ਹੀ ਹੈ ਫਰੂਟ ਬਟ ਦੇਖੋ ਅੰਦਰੋਂ ਰੈੱਡ ਕਲਰ ਦੇ ਦਿਖਾਈ ਦੇ ਰਹੇ ਤੁਹਾਨੂੰ ਹਾਂ ਰੈੱਡ ਕਲਰ ਆਉਣਾ ਸ਼ੁਰੂ ਹੋ ਗਿਆ ਅੰਦਰ ਆਉਣਾ ਯਾਨੀ ਕਿ ਸਟਾਰਟ ਹੋ ਚੁੱਕਿਆ ਹੈ ਤੇ ਹਾਂ ਬਿਲਕੁਲ ਹੈ ਬਿਲਕੁਲ ਬਹੁਤ ਹੀ ਵਧੀਆ ਵੈਰਾਇਟੀ ਹੈ ਅਨਾਰ ਦੀ ਇਹਦਾ ਕਿਹੜੀ ਕਿਸਮ ਬਾਈ ਦੇ ਬਤਾ ਦੀਏ ਇਹ ਸੁਪਰ ਬਗਵਾ ਵੈਰਾਇਟੀ ਹੈ ਸੁਪਰ ਬਗਵਾ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਕਿਹੜਾ ਵੈਰਾਇਟੀ ਦਿਖਾਉਣੀ ਹੈ ਜੀ ਹੁਣ ਆਪਾਂ ਅੱਗੇ ਸੇਬ ਦੀ ਵੈਰਾਇਟੀ ਦਿਖਾ ਦਿੰਦੇ ਹਾਂ ਹਾਂਜੀ ਸੇਬ ਦੀ ਹਾਂ ਸੇਬ ਦੀ ਵੈਰਾਇਟੀ ਦਿਖਾਓ ਜੀ ਕਿਉਂਕਿ ਬਹੁਤ ਹੀ ਵਧੀਆ ਕੁਆਲਿਟੀ ਦਾ ਸੇਬ ਜਿਹੜਾ ਬਿਲਕੁਲ ਗੋਲਡਨ ਖੱਟਾ ਤੇ ਮਿੱਠਾ ਸੇਬ ਜਿਹੜਾ ਤੁਹਾਨੂੰ ਹੈਗਾ ਉਹ ਵੀਰ ਜੀ ਨੇ ਸਾਨੂੰ ਪਹਿਲਾਂ ਦੱਸਿਆ ਸੀ ਪਰ ਉਹਦੀ ਕੁਆਲਿਟੀ ਤੁਹਾਨੂੰ ਦਿਖਾਉਂਦੇ ਹਾਂ ਤੇ ਚੈੱਕ ਵੀ ਕਰਾਵਾਂਗੇ ਤੁਹਾਨੂੰ ਆ ਜਾਓ ਤੇ ਮੈਨੂੰ ਲੱਗਦਾ ਜੀ ਸ਼ਾਇਦ ਸਾਡੇ ਗੁਰਮੁਖ ਜੀ ਆ ਵੱਡੇ ਵੀਰ ਉਹਨਾਂ ਨੂੰ ਸ਼ਾਇਦ ਗੁਰਮੁਖ ਜੀ ਮਿਲ ਗਿਆ ਕੁਛ ਬਿਲਕੁਲ ਲਓ ਜੀ ਸਫਲ ਹੋ ਗਿਆ ਸਾਡਾ ਆਉਣਾ ਇੱਥੇ ਤੇ ਵੇਖੋ ਬਾਈ ਜੀ ਨੇ ਸ਼ਾਇਦ ਪੱਕੀ ਹੋਈ ਅੰਜੀਰ ਬਿਲਕੁਲ ਸਾਨੂੰ ਅੰਜੀਰ ਦੀ ਵੈਰਾਇਟੀ ਤੁਹਾਨੂੰ ਦਿਖਾਈ ਹੈ ਪਰ ਪੱਕੀ ਹੋਈ ਅੰਜੀਰ ਵੀਰ ਜੀ ਕੋਲ ਬਿਲਕੁਲ ਆ ਦੇਖੋ ਜੀ ਹੈ ਕੀ ਬਾਤ ਹੈ ਇਹ ਬਿਲਕੁਲ ਇਸੇ ਤਰ੍ਹਾਂ ਤਿਆਰ ਹੋ ਜਾਂਦੀ ਹੈ ਜੀ ਅੱਛਾ ਇਹ ਤਾਂ ਇਹ ਮਿੱਠੀ ਹੋ ਗਈ ਖਾ ਕੇ ਦੇਖੋ ਜੀ ਹਾਂ 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 ਬਿਲਕੁਲ 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 ਜੀ ਇਸ ਤਰ੍ਹਾਂ ਖਾਓ ਇਹਦਾ ਵਿਚਲਾ ਜੀ ਹੁਣ ਬਾਈਟ ਹੁੰਦਾ ਨਾ ਦੇਖ ਲਈ ਫਿਰ ਖਾ ਕੇ ਇਹ ਲੋਕ ਕਈ ਡਰ ਜਾਂਦੇ ਇਸ ਤੋਂ ਵੀ ਸੁਣੀ ਨਾ ਆਵੇ ਪਰ ਇਹਦਾ ਗੁੱਦਾ ਇਸ ਤਰ੍ਹਾਂ ਹੁੰਦਾ ਇਹਦਾ ਵਾਈਟ ਲਾਲ ਯਾਨੀ ਕਿ ਹਾਂ ਦਰਸ਼ਕ ਵੀਰੋ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਇਹਦੇ ਵਿੱਚ ਨਾ ਇੱਕ ਇਹ ਗੁੱਦਾ ਜਿਹੜਾ ਅੰਦਰਲੀ ਹੈ ਉਹ ਇਸੇ ਤਰ੍ਹਾਂ ਦਾ ਹੀ ਹੁੰਦਾ ਤੇ ਬਟ ਕੀ ਬਾਤ ਹੈ ਸਵਾਦ ਕਿਵੇਂ ਦਾ ਮੈਂ ਕਹਿੰਦਾ ਜੀ ਬਸ ਮਸਤ ਹੋ ਗਿਆ ਕੰਮ ਤੇ ਮੈਂ ਕੈਮਰਾਮੈਨ ਨੂੰ ਵਿਚਨ ਦਿਖਾ ਦਾਂ ਲਓ ਜੀ ਕੈਮਰਾਮੈਨ ਜੀ ਤੁਸੀਂ ਵੀ ਦੇਖੋ ਖਾ ਦਿਓ ਕੈਮਰਾਮੈਨ ਨੂੰ ਹਾਂ ਬਿਲਕੁਲ ਤੁਸੀਂ ਦੇਖੋ ਇੰਨੀ ਮਿਹਨਤ ਕਰ ਰਹੇ ਨਾਲ ਨਾਲ ਤੇ ਜ਼ਰੂਰ ਇਹਨਾਂ ਨੂੰ ਵੀ ਦਿਖਾਉਣਾ ਚਾਹੀਦਾ ਬਟ ਬਾਈ ਸਵਾਦ ਵੱਖਰਾ ਸੀਗਾ ਤੇ ਮੈਂ ਤੁਹਾਨੂੰ ਇੱਕ ਹੁਣ ਸੇਬ ਦੀ ਵੈਰਾਇਟੀ ਦਿਖਾਉਣੀ ਤੁਹਾਨੂੰ ਆ ਦੇਖੋ ਜੀ ਡੇਢ ਸਾਲ ਦਾ ਪੁਰਾਣਾ ਇਹ ਦੇਖੋ ਜੀ ਸਫੈਦਾ ਦੀ ਵੈਰਾਇਟੀ ਜਿਹੜੀ ਤੁਹਾਨੂੰ ਦਿਖਾ ਰਹੀ ਹੈ ਡੇਢ ਸਾਲ ਦਾ ਮਾਤਰ ਪੌਦਾ ਹੈ ਤੇ ਇਹਦੀ ਫਰੂਟਿੰਗ ਦੇਖੋ ਕਿੰਨੀ ਮਸਤ ਹੋ ਰਹੀ ਹੈ ਆ ਜਾਓ ਲੈ ਚੱਲਦੇ ਹਾਂ ਤੁਹਾਨੂੰ ਅੱਗੇ ਸੇਬ ਦੀ ਵੈਰਾਇਟੀ ਚ ਤੂੰ ਆਪਦਾ ਕੈਮਰਾ ਦੇ ਲੈ ਕੁਆਲਿਟੀ ਕਿਤੇ ਸਹੀ ਹੋਣੀ ਤੇਰੀ ਤੇ ਨੈਕਸਟ ਹੁਣ ਦਿਖਾ ਰਹੇ ਜੀ ਅਸੀਂ ਜਿਹੜੀ ਬਹੁਤ ਹੀ ਵਧੀਆ ਵੈਰਾਇਟੀ ਹੈ ਸੇਬ ਦੀ ਵੈਰਾਇਟੀ ਜਿਹੜੀ ਦਿਖਾ ਰਹੇ ਸਾਨੂੰ ਗੁਰਮੁਖ ਸਿੰਘ ਜੀ ਨੂੰ ਸ਼ਾਇਦ ਸੇਵਾ ਦਾ ਮੌਕਾ ਮਿਲ ਗਿਆ ਤੇ ਗੁਰਮੁਖ ਜੀ ਵੈਰਾਇਟੀ ਸੇਬ ਦੀ ਸਮਾਂ ਕਿੰਨਾ ਲੈਂਦਾ ਤੇ ਕੁਆਲਿਟੀ ਕਿਹੋ ਜਿਹੀ ਰਹਿੰਦੀ ਹੈ ਸੇਬ ਦੀ ਤਿੰਨ ਵੈਰਾਇਟੀ ਹਰਮਨ ਗੋਲਡਨ ਅੱਛਾ ਇਹਦੀ ਤਿੰਨ ਵੈਰਾਇਟੀਆਂ ਲਗਭਗ ਡੇਢ ਸਾਲ ਦੀ ਫਰੂਟਿੰਗ ਨੂੰ ਆ ਜਾਂਦੀ ਹੈ ਬਿਲਕੁਲ ਔਰ ਬਹੁਤ ਵਧੀਆ ਫਰੂਟਿੰਗ ਆਉਂਦੀ ਇਹਨਾਂ ਨੂੰ ਇਹ ਆਪਣੇ ਪਲਾਂਟ ਨੂੰ ਲਗਭਗ ਹੁਣ ਬੈਕ 'ਚ ਹੈਗਾ ਇਸ ਤੋਂ ਬਾਅਦ ਆਪਾਂ ਇੱਕ ਪਲਾਂਟ ਇਹ ਅਜੇ ਨਰਸਰੀ ਅੰਦਰ ਹੀ ਜ਼ਮੀਨ 'ਤੇ ਲਾ ਰਿਹਾ ਬਿਲਕੁਲ ਉਹਨੂੰ ਫਰੂਟ ਆ ਮਤਲਬ ਵਧੀਆ ਫਰੂਟ ਲੱਗਾ ਹੈ ਜੀ ਤੇ ਉਹ ਫਰੂਟ ਮਤਲਬ ਬਹੁਤ ਅੱਛਾ ਤਿਆਰ ਹੋਇਆ ਫਰੂਟ ਆਪਣਾ ਗੁਰਮੁਖ ਕਿੰਨੇ ਸਮੇਂ ਦੇ ਵਿੱਚ ਇਹ ਫਰੂਟਿੰਗ ਦੇਣੀ ਸਟਾਰਟ ਕਰ ਦਿੰਦੇ ਇਹ ਲਗਭਗ ਡੇਢ ਸਾਲ ਤੋਂ ਬਾਅਦ ਇਹ ਫਰੂਟਿੰਗ ਮਤਲਬ ਸ਼ੁਰੂ ਹੀ ਮਤਲਬ ਅੱਛਾ 6-7 ਸਾਲ ਤੋਂ ਬਾਅਦ ਹੀ ਹੋਣਾ ਸ਼ੁਰੂ ਹੁੰਦਾ ਤੇ ਜੀ ਜਿਵੇਂ ਅੱਛੀ ਸਾਂਭ ਹੋ ਜੇ ਪੌਦੇ ਦੀ ਤੇ ਡੇਢ ਸਾਲ ਦੇ ਵਿੱਚ ਫਰੂਟਿੰਗ ਆਏ ਨਹੀਂ ਮੌਸਮ ਦੇ ਅਕੋਰਡਿੰਗ ਜਿਵੇਂ ਬਾਹਰ ਠੰਡਾ ਮੌਸਮ ਚਾਹੀਦਾ ਹੈ ਜਾਂ ਹੋਰ ਹੈ ਉਹ ਉਹਦੇ ਤਰ੍ਹਾਂ ਕੋਈ ਦਿੱਕਤ ਤਾਂ ਨਹੀਂ ਹੁੰਦੀ ਆਪਾਂ ਨੂੰ 50 ਡਿਗਰੀ ਤੱਕ ਇਹਨੂੰ ਕੋਈ ਦਿੱਕਤ ਨਹੀਂ ਆਈ ਬਿਲਕੁਲ ਯਾਨੀ ਕਿ ਇਹ ਸਾਰਾ ਅਗਰ ਕੋਈ ਬਾਗਬਾਨੀ ਅਗਰ ਸੇਬ ਦੀ ਕਰਨਾ ਚਾਹੁੰਦਾ ਹੈ ਤਾਂ ਯਾਨੀ ਕਿ ਆਪਣੀ ਕੁਆਂਟਿਟੀ 'ਚ ਬੂਟੇ ਮਿਲ ਸਕਦੇ ਆ ਬਿਲਕੁਲ ਮਿਲ ਜਾਂਦੇ ਹਾਂ ਨਹੀਂ ਤਾਂ ਆਮ ਘਰਾਂ ਦੇ ਵਿੱਚ ਪੰਜ-ਪੰਜ ਚਾਰ-ਚਾਰ ਬੂਟੇ ਤਾਂ ਹਰ ਇੱਕ ਨੂੰ ਲਾਉਣੇ ਚਾਹੀਦੇ ਬਿਲਕੁਲ ਆਪਾਂ ਉਹਦੇ ਫਾਰਮ ਤੇ ਪੌਦੇ ਲਾਏ ਆ ਉੱਥੇ ਫਰੂਟ ਆਪਾਂ ਨਾ ਇੱਕ ਇੰਡਸਟਰੀ ਪੌਦਾ ਲਾਇਆ ਉਹਦੇ 'ਚ ਵੀ ਮਤਲਬ ਫਰੂਟ ਬਹੁਤ ਵਧੀਆ ਆਏ ਫਾਰਮ ਤੇ ਲੱਗਾ ਆਪਣੇ ਉੱਥੇ ਫਰੂਟ ਬਹੁਤ ਵਧੀਆ ਆਇਆ ਅੱਛਾ ਤੇ ਕੀ ਕੋਸਟ ਤੱਕ ਪੌਦਾ ਮਿਲ ਜਾਂਦਾ ਜੀ ਇਹ ਕੋਸਟ ਪੌਦੇ ਦੀ ਹਾਈਟ ਸਿਰ ਦੇ ਪੌਦਾ ਹੀ ਹੈਗਾ ਜੀ ਅੱਛਾ ਹਾਈਟ ਤੇ ਡਿਪੈਂਡ ਕਰਦਾ 100 ਰੁਪਏ ਸਟਾਰਟ ਹੈ ਜੀ ਅੱਛਾ 100 ਤੋਂ ਲੈ ਕੇ ਮਤਲਬ 500 ਤੱਕ 1000 ਤੱਕ ਲੈ ਲਓ ਪੌਦਾ ਉਹ ਵਾਲੀ ਕੋਸਟ ਤੇ ਉਹ ਹਾਈਟ ਦੇ ਡਿਪੈਂਡ ਕਰਦਾ ਤੇ ਬਿਲਕੁਲ ਮੈਂ ਦਰਸ਼ਕ ਵੀਰੋ ਜੇ ਕਿਤੇ ਸੇਬ ਸਾਡੀ ਨਿਗਾਹ 'ਚ ਆ ਜਾਂਦਾ ਤਾਂ ਅਸੀਂ ਜ਼ਰੂਰ ਤੁਹਾਨੂੰ ਚਖਾ ਕੇ ਦਿਖਾਉਂਦੇ ਕਿ ਕਿੱਡੀ ਕੁ ਵੈਰਾਇਟੀ ਹਾਂਜੀ ਦੱਸੋ
अच्छा वो सामने जेड़ा तुहाडा प्लांट तुसी दस रहे हो भी जमीन दे विच लग्या है तां वो लग गया। अच्छा इस टाइम फ्रूटिंग आई हुई है? गुरमुख सिंह जी गए तो है पर जे साडी किस्मत च होया तो असीं जरूर जरूर देखांगे क्वालिटी ते मैनूं लगदा वी लैके आउणगे शायद। ओ बल्ले वाह जी वाह देखिया ये सब मान लो नीत नु मुराद हुंदी है दिल दे विच आए लेके तो जरूर मिल गया। बिल्कुल 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 दिखाओ देखो भी दर्शक वीरो बहुत ही बिल्कुल ताजा यार फ्रूट है ना ते समय दे अकॉर्डिंग मौसम मैं कहना जी इन्नी गर्मी है फिर भी गर्मी कोई दिक्कत नहीं होती है। हां बहुत बढ़िया फ्रूटिंग है अच्छा फ्रूटिंग है ये मई जी फ्रूटिंग होनी लगी मई जी शुरू होंदी फ्रूटिंग। अच्छा हां जी मई तार जी तो गजब हो गया फिर मैं लगा कम कर गई हां ते फिर है कोई अपने कोल संद समेड़ा कोई चाकू चुकू के नहीं? हां चाकू तो दे दे हां दियो जी दियो हां चाकू इथे मिल जाएगा ले आओ ते बिल्कुल वाह जी हां जी हां जी हां जी हां जी बिल्कुल हां जी ते फिर दर्शक वीरो अज सेब भी चेक कर लेते देख दें खा के कि मान लो किस तरह का है चला गए। अच्छा बीज वगैरह है ही नहीं ये गुरमुख जी मिल गया अपने क्वालिटी का कम है सारे क्वालिटी ही चलते वाह जी वाह सेब खा ला अपना सेब है क्या बात है नहीं नहीं अंकल श्री खा के देखो बिल्कुल मैं कहना जी अपने मस्त काम हो सकता है। हां बहुत स्वाद है जी हां जी किवें स्वाद है हां जी बढ़िया जी हां ते फिर जानू अपना इथों दा लगा अपने एरिया दा अपना फ्रूटिंग है की स्कीम है फिर दो चार बूटे ते ला ही लोंगे ना ला लेंगे अस्सलाम लान ते लगे हां हां स्वाद दा स्वाद आ गया दो ही फ्रूट खाधे एक अंजीर दा ते दूजा सेब दा ये भी तुसी लेट हो गए थोड़ा जिहा पहला होर बंदा खो दे ते तुसी लेट है पर फिर भी तुहाडी किस्मत तो अज मिल गया। बहुत ही वधिया वैरायटी वीर जी अगर कोई भी प्लांट अगर सेब दा लाउणा चाहुंदा तो जरूर संपर्क करो नर्सरी दे विच ते अगर तुसी ज्यादा नहीं ला सकदे तो तुहाडे कोल जिवें तुहाडा फार्म हाउस है जां घर दे विच कोई जगह पई है तो दो चार पौधे जरूर लाओ। दर्शक वीरो अगर तुहाडे कोल कोई जगह नहीं है प्लांट लाउण दी चाहे वह अपने वैजिटेबल प्लांट होवे जां कोई होर साग सब्जी वाले प्लांट होण जिहड़े कि होम प्लांट के नाम तो अगर आपां घरे ला सकते हैं बट उहदे खातर तुहानू कोई ज़्यादा मेहनत नहीं करनी पवेगी वो ग्रो बैग दे विच भी लग सकते हैं। अवतार जी एक प्लांट जिहड़े आपां घरे अगर जगह नहीं है बैग दे विच लवें कोई दिक्कत नहीं? नहीं जी कोई दिक्कत कोई नहीं ग्रो बैग हो गए पोट हो गए गमला हो गया करे अपने कोई और आइटम उस भी लग जाएंगे ते घर दियां जां 8-10 तरह दी आपां वेजिटेबल घरे ला सकदे सब्जियां हो जांदियां अपने को। अच्छा अपने को अवेलेबल ही हुंदियां मतलब पनीरी टाइप सीडलिंग अवेलेबल हुंदी है वड्डे साइज दे जिवें चाहिए प्लांट वह भी अपने को अवेलेबल हुंदे आ वेजिटेबल जिवें तुसीं देखो टमाटर लगे हुए आ बिल्कुल बिल्कुल अजकल किन्ना महंगा हो रहा है मिर्च हो गई है देखो मिर्चा लगी हुई है एक करे आपां 8-10 वैरायटियां अपने किचन गार्डन च होम गार्डन च जां करे छत ते टैरस गार्डन ते तुसीं इह अपने खाने वास्ते ला सकते हैं घरे एक जी छत वाली गल है जी छत पौधे ला सकते हैं खातर उत्ते करना जरूरी है कवर नहीं कोई बाहर की आइटम है ओपन एरिया होने वाली आइटम है कोई कवरिंग की कोई लोड़ कोई नहीं किसी तरह की। हाँ जी क्योंकि इस टाइम देखो जी टमाटर तो इन्ना ज्यादा महंगा हो चुका कि लोग सब्जी पाना भी मिले हाँ करके अपने दो घर प्लांट लाइए तीन चार प्लांट लगे अपने घर खातर वीर यूज कर सकते हैं। एक दर्शक वीरो बाई जी साढ़े इस नर्सरी के पहुंचे ने मैं पहला शुभ सत्या भी जी क्या नाम है जी अपना दीप सिंह है जी ते बाई जी फिर नर्सरी कोई पौधे वगैरह लेना जी? हाँ जी अच्छा पहली बार थोड़ी आए जी बहुत बार आ गए। अच्छा बाग लाया हुई जी आप हाँ किस चीज़ का माल्टे का जी किनू का हाँ केड़ा पिंड केड़ा जी सऊ वाला फर्स्ट सऊ वाला फर्स्ट है बाई का पिंड ते बट बाई जी कहते कि पहली बार नहीं असं बहुत बार आ चुके हैं तो यानी कि विश्वास है एक तरह का गारंटी वारंटी फुल देंगे हाँ कोई दिक्कत है नहीं कोई दिक्कत हाँ क्योंकि प्लांटेशन के मामले के अगर तुम इस नर्सरी की गल करिए यानी कि सरसे एरिए नज़दीक जिन्हें भी अगर बागबाणी या कोई अगर कोई भी किसान भाई अगर पेड़ पौधे कोई लाना चाहता है तो जरूर इतने संपर्क करे क्योंकि क्वालिटी मिलती है क्वालिटी का ही नाम है
ਬਹੁਤ ਵਧੀਆ ਹਾਂਜੀ ਸਤਿਗੁਰੂ ਹਾਈਟੈਕ ਨਰਸਰੀ ਜੋ ਕਿ ਬਿਲਕੁਲ ਨਾਮ ਹੀ ਹਾਈਟੈਕ ਨਹੀਂ ਹੈ ਕੁਆਲਿਟੀ ਵੀ ਮਿਲੇਗੀ ਤੁਹਾਨੂੰ ਪਰ ਕੁਆਲਿਟੀ ਦੇ ਅਕੋਰਡਿੰਗ ਤੁਹਾਨੂੰ ਹਰ ਪੌਦੇ ਦਾ ਬਿੱਲ ਕੱਟ ਕੇ ਦਿੱਤਾ ਜਾਵੇਗਾ ਬਿਲਕੁਲ ਗਰੰਟੀ ਦੇ ਨਾਲ ਦਿੱਤਾ ਜਾਵੇਗਾ ਤੇ ਵੀਰ ਜੀ ਬਿਲਕੁਲ ਵਧੀਆ ਧੰਨਵਾਦ ਜੀ ਤੁਹਾਡਾ ਤੁਸੀਂ ਰਿਵਿਊ ਦਿੱਤਾ ਇਸ ਦੇ ਬਾਰੇ ਚ ਤੇ ਦਰਸ਼ਕਾਂ ਨੂੰ ਕਿਉਂਕਿ ਦੱਸਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਜੋ ਕੁਆਲਿਟੀ ਹੈ ਉਹ ਸਿਰਫ ਤੇ ਸਿਰਫ ਕਿਸੇ ਜਗ੍ਹਾ ਤੋਂ ਹੀ ਮਿਲ ਸਕਦੀ ਹੈ ਆਮ ਕੁਆਲਿਟੀ ਨਹੀਂ ਮਿਲਦੀ ਠੀਕ ਹੈ ਜੀ ਵੀਰ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਨਰਸਰੀ ਦੇ ਬਾਰੇ ਹਾਈਟੈਕ ਨਰਸਰੀ ਦੇ ਬਾਰੇ ਤੇ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਵੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਕਿਉਂਕਿ ਕਿਸਾਨੀ ਤੋਂ ਰਿਲੇਟਡ ਬਾਗਬਾਨੀ ਤੋਂ ਰਿਲੇਟਡ ਤੇ ਹੋਰ ਵੀ ਨਵੀਂ ਵੀਡੀਓਜ਼ ਤੁਹਾਡੇ ਕੋਲ ਪਹੁੰਚ ਸਕਣ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਆਵੇ ਵੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਮਿਲਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਟਾਈਮ ਨੈਕਸਟ ਅਪਡੇਟ ਨਾਲ ਦਿਓ ਆਗਿਆ ਰੱਬ ਰਾਖਾ ਸਤਿ ਸ਼੍ਰੀ ਅਕਾਲ ਧੰਨਵਾਦ